ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੇ ਵਿਸ਼ਵ ਨੂੰ ਅਸੀਂ ਨਿਊਯਾਰਕ ਤੋਂ July 8 ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ। ਜਿਵੇਂ ਕਿ ਆਪ ਜੀ ਨੇ ਦੇਖਿਆ ਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਖਾਸ ਕਰਕੇ ਸਾਡੇ ਸਿੱਖ ਨੌਜਵਾਨਾਂ ਦੀਆਂ ਜੋ ਝੂਠੇ ਕੇਸ ਪਾ ਕੇ ਫੜੋ ਫੜਾਈ ਸ਼ੁਰੂ ਹੋਈ ਆ, ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ। ਇਹ ਸਾਰਾ ਕੁਛ ਕੈਪਟਨ ਸਰਕਾਰ ਪੰਜਾਬ ਦੀ ਨਰਿੰਦਰ ਮੋਦੀ ਦੇ ਨਾਲ, ਸੈਂਟਰ ਸਰਕਾਰ ਦੇ ਨਾਲ ਰਲ ਕੇ ਮਿਲੀ ਭੁਗਤ ਦੇ ਨਾਲ, ਜੋ ਪੰਜਾਬ ਆਪਣੇ ਪੰਜਾਬ ਦੀ ਕੌਮੀ ਘਰ ਦੀ ਆਜ਼ਾਦੀ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਔਰ ਪੰਜਾਬ ਦੀ ਧਰਤੀ 'ਤੇ ਮੁਹਿੰਮ ਚਲਾਈ ਜਾ ਰਹੀ ਆ, ਉਸ ਮੁਹਿੰਮ ਨੂੰ ਦੱਬਣ ਲਈ ਝੂਠੇ ਕੇਸ ਪਾਏ ਜਾ ਰਹੇ ਆ। ਅਸੀਂ ਗੱਲ ਕਰੀਏ 90ਵਿਆਂ ਦੇ ਦਹਾਕੇ ਦੀ, ਉਸ ਵੇਲੇ ਵੀ KPS ਗਿੱਲ, ਬਿਆਂਤਾ ਬੋਚੜ ਔਰ ਉਹਦੇ ਨਾਲ ਸਮੇਧ ਸੈਣੀ ਵਰਗੇ ਜਿਹੜੀਆਂ ਲੋਕ ਸਨ, ਜਾਂ ਕਿੰਨੇ ਹੀ ਪੁਲਿਸ ਦੇ ਐਸੇ ਸਿੱਖਾਂ ਦੇ ਕਾਤਲ ਅਫੀਸਰ ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਉਦੋਂ ਵੀ ਸਿੱਖਾਂ ਦੇ ਨੌਜਵਾਨ ਬੱਚਿਆਂ ਦੇ ਨਾਲ ਖੂਨ ਦੀ ਹੋਲੀ ਖੇਡੀ। ਔਰ ਅਸੀਂ ਮੋਦੀ ਸਰਕਾਰ ਦੇ ਜਦੋਂ ਦਾ ਪ੍ਰਾਈਮ ਮਿਨਿਸਟਰ ਬਣਿਆ ਭਾਰਤ ਦਾ ਮੋਦੀ, ਉਦੋਂ ਤੋਂ ਹੀ ਅਸੀਂ ਦੇਖਿਆ ਕਿ ਚਾਹੇ ਗੁਜਰਾਤ ਦੇ ਵਿੱਚ ਸਿੱਖ ਕਿਸਾਨਾਂ ਦੀ ਉਜਾੜੇ ਦੀ ਗੱਲ ਹੋਵੇ, ਚਾਹੇ ਹੁਣ ਰੀਸੈਂਟਲੀ UP ਦੇ ਵਿੱਚ ਸਿੱਖ ਕਿਸਾਨਾਂ ਦੇ ਉਜਾੜੇ ਦੀ ਗੱਲ ਹੋਵੇ, ਜਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਢਾ ਢੇਰੀ ਕਰਕੇ ਉੱਥੇ RSS ਦੀਆਂ ਅੱਜ ਦੁਕਾਨਾਂ ਬਣੀਆਂ ਹੋਈਆਂ, ਗੁਰਦੁਆਰਾ ਡਾਂਗਮਾਰ ਜਿਹੜਾ ਸ਼ਿਲੌਂਗ ਦੇ ਵਿੱਚ, ਜਾਂ ਪਿਛਲੇ ਦਿਨੀ ਅਸੀਂ ਮੰਗੂ ਮੱਠ ਗੁਰਦੁਆਰਾ ਉੜੀਸਾ ਦੇ ਵਿੱਚ, ਉਹਨੂੰ ਵੀ ਢਾ ਕੇ ਪੱਧਰਾ ਉੱਤੇ ਗਰਾਊਂਡ ਬਣਾ ਦਿੱਤਾ ਗਿਆ। ਔਰ ਕਿੰਨੇ ਹੀ ਇਤਿਹਾਸਿਕ ਗੁਰਦੁਆਰਿਆਂ ਨੂੰ ਤੋੜਿਆ ਜਾ ਰਿਹਾ। ਔਰ ਸਿੱਖ ਨੌਜਵਾਨਾਂ 'ਤੇ ਦਿੱਲੀ ਦੇ ਵਿੱਚ ਕੁਛ ਦਿਨ ਪਹਿਲਾਂ ਹੀ 3 ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਡੱਕ ਦਿੱਤਾ ਜੇਲ੍ਹਾਂ ਦੇ ਵਿੱਚ। ਜਿਵੇਂ ਕਿ ਲਵਪ੍ਰੀਤ ਸਿੰਘ ਨਾਂ ਦਾ 21 ਸਾਲਾਂ ਦਾ ਬੱਚਾ, ਜਿਹੜਾ ਕਿ ਉਹਨੇ ਉਸ ਵੇਲੇ ਕਣਕ ਜਿਹੜੀ ਆ ਉਹ ਠੇਕੇ 'ਤੇ ਲੈ ਕੇ ਜ਼ਮੀਨ ਉਹਦੇ ਵਿੱਚ ਜੋ ਉਪਜਾਊ ਜੋ ਉੱਥੇ ਪੈਦਾਵਾਰ ਹੋਈ ਖੇਤਾਂ ਦੇ ਵਿੱਚੋਂ, ਉਹਦੇ ਵਿੱਚੋਂ ਜਿੰਨੀ ਵੀ ਪੈਦਾਵਾਰ ਹੋਈ ਉਹ ਅਨਾਜ ਉਹਨੂੰ ਮਿਲਿਆ ਅਤੇ ਉਹ ਪਿਹਾ ਕੇ ਆਟਾ ਬਣਾ ਕੇ ਗਰੀਬ ਲੋਕਾਂ ਦੇ ਵਿੱਚ ਵੰਡਿਆ ਗਿਆ। ਅੱਜ ਜਦੋਂ ਅਸੀਂ ਦੇਖਦੇ ਪੰਜਾਬ ਦੀ ਧਰਤੀ 'ਤੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਹੁਰਮਤੀਆਂ ਹੋਵੇ, ਕੋਈ ਕਿਸੇ ਕਿਸਮ ਦੀ ਸਜ਼ਾ ਨਹੀਂ, ਪਰ ਅੱਜ ਸਾਡਾ ਜੋ ਸਿੱਖਾਂ ਦਾ ਹਿਰਦਾ ਜਿਹੜਾ ਬਲੂੰਦਰਿਆ ਗਿਆ, ਉਹ ਰੀਸੈਂਟਲੀ ਜੋ ਪੰਜਾਬ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਜੋ ਬੜੇ ਪੀਸਫੁਲੀ ਮੁਹਿੰਮ ਜਿਹੜੀ ਤਰੀਕੇ ਦੇ ਨਾਲ ਮੁਹਿੰਮ ਚਲਾ ਰਹੇ ਆ ਆਪਣੇ ਕੌਮੀ ਘਰ ਦੀ, ਅਤੇ ਉਹਨਾਂ ਨੂੰ ਡੱਕਿਆ ਜਾ ਰਿਹਾ, ਜੇਲ੍ਹਾਂ ਦੇ ਵਿੱਚ ਝੂਠੇ ਕੇਸ ਪਾਏ ਜਾ ਰਹੇ ਆ। ਸੋ ਇਸ ਸਾਰੇ ਕਾਸੇ ਨੂੰ ਲੈ ਕੇ ਕੱਲ੍ਹ ਅਮੈਰੀਕਾ ਭਰ ਦੇ ਸਮੁੱਚੇ ਗੁਰਦੁਆਰਿਆਂ ਦੀ ਔਰ ਕੈਨੇਡਾ ਭਰ ਦੇ ਜਿਹੜੇ ਗੁਰਦੁਆਰੇ ਸਾਹਿਬਾਨ ਪੰਥਕ ਜਥੇਬੰਦੀਆਂ ਨੂੰ ਇੱਕ ਸਾਂਝੀ ਕਾਨਫਰੰਸ ਕਾਲ ਵਿੱਚ ਸੱਦਾ ਦਿੱਤਾ ਗਿਆ ਸੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਅਤੇ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸੋ ਜਿਸ ਕਾਨਫਰੰਸ ਕਾਲ ਦੇ ਵਿੱਚ ਲਗਭਗ ਜਿਹੜੇ 162 ਗੁਰਦੁਆਰੇ ਸਾਹਿਬਾਨ ਅਤੇ ਪੰਥਕ ਜਥੇਬੰਦੀਆਂ ਦੇ ਮੋਹਤਵਰ ਜਿਹੜੇ ਸੱਜਣ ਜੁੜੇ, ਔਰ ਜਿਨ੍ਹਾਂ ਨੇ ਇੱਕ ਸਾਂਝੇ ਰੂਪ ਦੇ ਵਿੱਚ ਫੈਸਲਾ ਕੀਤਾ, ਜਿਵੇਂ ਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅੱਜ ਤੋਂ 2 ਸਾਲ ਪਹਿਲਾਂ 96 ਗੁਰਦੁਆਰੇ ਸਾਹਿਬਾਨ ਜਿਹੜੇ ਅਮੈਰੀਕਾ ਭਰ ਦੇ, ਜਿਨ੍ਹਾਂ ਨੇ ਭਾਰਤੀ ਡਿਪਲੋਮੈਂਟਸ ਜਿਹੜੇ ਔਰ ਭਾਰਤੀ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਉਹਨਾਂ ਦੇ ਲੀਡਰ ਲੋਕ ਆਉਂਦੇ ਆ ਅਮੈਰੀਕਾ ਦੀ ਧਰਤੀ 'ਤੇ, ਜਾਂ ਏਜੰਸੀਆਂ ਦੇ ਏਜੰਟ ਜਿਹੜੇ ਕਿ ਭਾਰਤੀ ਸਟੇਟ ਦਾ ਏਜੰਡਾ ਲੈ ਕੇ ਸਾਡੇ ਸਿੱਖ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਆ ਕੇ ਸੰਗਤ ਦੇ ਅੱਗੇ ਰੱਖਦੇ ਆ, ਉਹਨਾਂ ਨੂੰ ਟੋਟਲੀ ਮੁਕੰਮਲ ਤੌਰ 'ਤੇ ਬਾਈਕਾਟ ਕੀਤਾ ਸੀ। ਇਹ ਬਾਈਕਾਟ ਤਦੇ ਕੀਤੇ ਜਾਂਦੇ ਆ ਜਦੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। 1984 ਦੇ ਵਿੱਚ ਭਾਰਤੀ ਹਕੂਮਤ ਨੇ ਅਟੈਕ ਕੀਤਾ ਔਰ ਕਿੰਨੇ ਹੀ ਦਿੱਲੀ ਦੇ ਵਿੱਚ 30,000 ਤੋਂ ਵੱਧ ਜਿਹੜੇ ਸਾਡੇ ਸਿੱਖਾਂ ਦੀ ਸਿੱਖ ਜੈਨੋਸਾਈਡ ਹੋਈ। ਔਰ ਅੱਜ ਅਸੀਂ ਜਦੋਂ ਦੇਖਦੇ ਹਾਂ ਇਹ ਪੰਜਾਬ ਦੀ ਧਰਤੀ 'ਤੇ ਫੜੋ ਫੜਾਈ, ਨੌਜਵਾਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ, ਕੀ ਗੱਲ! ਇੱਕ ਜਿਹੜਾ ਇੰਟਰਨੈਸ਼ਨਲ ਲਾਅ ਦੇ ਅੰਡਰ ਰਹਿ ਕੇ, ਜਿਹੜੀਆਂ UN ਦਾ ਕਾਨੂੰਨ ਵੀ ਇਹ ਕਹਿੰਦਾ ਕਿ ਤੁਹਾਨੂੰ ਪੀਸਫੁਲ ਤਰੀਕੇ ਦੇ ਨਾਲ
ਤੁਸੀਂ ਆਪਣੇ ਮੁਲਕ ਦੀ ਆਪਣੇ ਪੰਜਾਬ ਦੀ ਆਜ਼ਾਦੀ ਵਾਸਤੇ ਮਹਿਮ ਚਲਾ ਸਕਦੇ ਹੋ। ਅੱਜ ਉਹ ਪੀਸਫੁਲ ਮਹਿਮ ਨੂੰ ਵੀ ਇਹ ਗਲਤ ਤਰੀਕੇ ਦੇ ਨਾਲ ਲੋਕ ਦਵਾ ਰਹੇ ਆ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲਊਂਗਾ ਅਤੇ ਜੋ ਕੱਲ੍ਹ ਸਾਰੇ ਗੁਰਦੁਆਰੇ ਸਾਹਿਬਾਨਾਂ ਨੇ ਜਿਹੜੇ ਮਤੇ ਅਪਰੂਵ ਕੀਤੇ ਪਾਸ ਕੀਤੇ ਸਾਂਝੇ ਤੌਰ 'ਤੇ ਉਹ ਮਤੇ ਮੈਂ ਦੱਸਣਾ ਚਾਹੁੰਦਾ ਔਰ ਖਾਸ ਕਰਕੇ ਇਸ ਗੱਲ ਦਾ ਧਿਆਨ ਰਹੇ ਜੋ 2 ਸਾਲ ਪਹਿਲਾਂ 96 ਗੁਰਦੁਆਰੇ ਅਮੈਰੀਕਾ ਦੇ ਔਰ ਪੰਥਕ ਜਥੇਬੰਦੀਆਂ ਨੇ ਰਲ ਕੇ ਡਿਸੀਜਨ ਲਿਆ ਸੀ ਉਹ ਫੈਸਲੇ ਹੂ ਬਹੂ ਲਾਗੂ ਆ ਔਰ ਉਸ ਤੋਂ 2 ਕਦਮ ਅੱਗੇ ਵੱਧ ਕੇ ਅਸੀਂ ਹੋਰ ਵੀ ਸਟਰੋਂਗ ਡਿਸੀਜਨ ਲਏ ਆ। ਇਹ ਕਾਰਨ ਇਸ ਕਰਕੇ ਆ ਕਿ ਜਦੋਂ ਸਿੱਖਾਂ ਦੇ ਬੱਚਿਆਂ ਨੂੰ ਔਰ ਸਿੱਖ ਕੌਮ ਨੂੰ ਤੁਸੀਂ ਟੈਰੋਰਿਸਟ ਕਹਿ ਕੇ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਭੰਡਦੇ ਹੋ ਤਾਂ ਫਿਰ ਸਾਡਾ ਸਿੱਖਾਂ ਦਾ ਵੀ ਰਾਈਟ ਬਣਦਾ ਕਿ ਅਸੀਂ ਆਪਣੀ ਕੌਮ ਦੀ ਗੱਲ ਕਰ ਸਕੀਏ। ਇਹ ਸਾਰੇ ਮਤਿਆਂ ਦੇ ਵਿੱਚ ਸਮੁੱਚੇ ਗੁਰਦੁਆਰੇ ਸਾਹਿਬਾਨ ਜਿਵੇਂ ਕਿ ਮੈਂ ਸਿੱਖਵਾੜੀ ਨੇਸ਼ਨ ਕਮੇਟੀ ਈਸ਼ਕੋਸ਼ ਦਾ ਜ਼ਿਕਰ ਕੀਤਾ ਆ ਔਰ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕੀਤਾ ਆ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ ਨਿਊਯਾਰਕ ਦੇ ਜੋ ਸਾਡਾ ਈਸ਼ਕੋਸ਼ ਦੀ ਮੇਨ ਸੰਸਥਾ ਆ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਔਰ ਜਿੱਥੇ ਇਹ ਮਤੇ ਲਾਸਟ ਈਅਰ ਪੜ੍ਹੇ ਗਏ ਸਨ ਕਿਉਂਕਿ ਕੋਵਿਡ-19 ਦੇ ਚੱਲਦਿਆਂ ਥੋੜ੍ਹਾ ਜਿਹਾ ਸਾਨੂੰ ਦੂਰੀ ਬਣਾ ਕੇ ਰੱਖਣ ਦਾ ਕਾਰਨ ਵੱਡੀ ਤੌਰ 'ਤੇ ਅਸੀਂ ਗੈਦਰਿੰਗ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਅੱਜ ਅਸੀਂ ਇਹ ਮੈਸੇਜ ਭਾਰਤੀ ਹਕੂਮਤ ਨੂੰ ਅੱਜ ਨਿਊਯਾਰਕ ਦੀ ਧਰਤੀ ਤੋਂ ਦੇਣਾ ਚਾਹੁੰਦੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਮਤੇ ਆ ਇਹ ਸਾਰੇ ਗੁਰਦੁਆਰਿਆਂ ਦੇ ਨੋਟਿਸ ਬੋਰਡ 'ਤੇ ਲੱਗੇ ਹੋਣਗੇ ਔਰ ਇਹਨਾਂ ਮਤਿਆਂ 'ਤੇ ਬਕਾਇਦਾ ਪਹਿਰਾ ਦਿੱਤਾ ਜਾਏਗਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਇਹ ਭਾਰਤੀ ਜੋ ਕਾਤਲ ਆ ਸਿੱਖਾਂ ਦੇ ਔਰ ਲੀਡਰ ਜੋ ਆਪਣੀਆਂ ਪਾਲਸੀਆਂ ਭਾਰਤੀ ਸਟੇਟ ਦਾ ਏਜੰਡਾ ਲੈ ਕੇ ਆਉਂਦੇ ਰਹੇ ਆ ਉਹਨਾਂ ਨੂੰ ਸਮੇਂ-ਸਮੇਂ 'ਤੇ ਅਮੈਰੀਕਾ ਦੇ ਵਿੱਚ ਕਾਨੂੰਨੀ ਤੌਰ 'ਤੇ ਜਵਾਬ ਦਿੱਤੇ ਗਏ ਆ ਔਰ ਇਹ ਖਿਆਲ ਰੱਖਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਕਰਕੇ ਆ ਜਦੋਂ ਤੁਸੀਂ ਭਾਰਤੀ ਹਕੂਮਤ ਪੰਜਾਬ ਦੇ ਕੈਪਟਨ ਅਮਰਿੰਦਰ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕ ਰਿਹਾ ਆ ਅਤੇ ਫਿਰ ਸਾਡਾ ਫਰਜ਼ ਬਣਦਾ ਆ ਕਿ ਅਸੀਂ ਉਸ ਗੱਲ ਦਾ ਜਵਾਬ ਤੁਹਾਨੂੰ ਉਸੇ ਤਰੀਕੇ ਨਾਲ ਦਈਏ। ਸੋ ਮੈਂ ਆਪ ਜੀ ਨੂੰ ਇਹ ਮਤੇ ਦੱਸਣਾ ਚਾਹੁੰਦਾ ਹਾਂ ਜੋ ਕੱਲ੍ਹ ਵਿਚਾਰੇ ਗਏ ਆ ਔਰ 162 ਗੁਰਦੁਆਰੇ ਸਾਹਿਬਾਨ ਜੋ ਅਮੈਰੀਕਾ ਭਰ ਦੇ ਔਰ ਕੈਨੇਡਾ ਤੋਂ 22 ਗੁਰਦੁਆਰੇ ਸਾਹਿਬਾਨ ਇਨਕਲੂਡ ਜਥੇਬੰਦੀਆਂ ਪੰਥਕ ਜਥੇਬੰਦੀਆਂ ਔਰ 140 ਦੇ ਕਰੀਬ ਅਮੈਰੀਕਾ ਦੇ ਗੁਰਦੁਆਰੇ ਸਾਹਿਬਾਨ ਜਿਹੜੇ ਹਾਜ਼ਰ ਹੋਏ ਸਨ ਜਿਨ੍ਹਾਂ ਨੇ ਇਸ ਮਤਿਆਂ ਦੇ ਉੱਤੇ ਜਿਹੜਾ ਆਪਣਾ ਸਾਰਿਆਂ ਨੇ ਇਹ ਹਾਮੀ ਭਰੀ ਆ ਸਹਿਮਤੀ ਦਿੱਤੀ ਆ ਕਿ ਹੂਬ ਹੂ ਸਾਡੇ ਗੁਰਦੁਆਰਿਆਂ ਦੇ ਵਿੱਚ ਇਹ ਲਾਗੂ ਹੋਣਗੇ ਔਰ ਅਸੀਂ ਕੌਮ ਦੇ ਨਾਲ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਆਪਣੇ ਪੰਜਾਬ ਵਾਸਤੇ ਆਪਣੇ ਕੌਮੀ ਘਰ ਵਾਸਤੇ ਆਪਣੇ ਪੰਜਾਬ ਦੇ ਨੌਜਵਾਨਾਂ ਵਾਸਤੇ ਇੱਕ ਜਗ੍ਹਾ 'ਤੇ ਸਟਰੋਂਗਲੀ ਅਸੀਂ ਸਟੈਂਡ ਕਰਦੇ ਹਾਂ ਔਰ ਮੈਂ ਆਪ ਜੀ ਨੂੰ ਇਹ ਮਤੇ ਦੱਸਣੇ ਚਾਹੁੰਦਾ ਹਾਂ ਜਿਵੇਂ ਕਿ ਪਹਿਲਾ ਮਤਾ ਇਹ ਲਿਖਿਆ ਗਿਆ ਸੀ ਸਮੂਹ ਵਿਦੇਸ਼ ਵੱਸਦੇ ਸਿੱਖ ਇਸ ਗੱਲ ਲਈ ਵਚਨਬੱਧਤਾ ਦੁਹਰਾਉਂਦੇ ਹਨ ਅਤੇ ਭਾਰਤੀ ਦਹਿਸ਼ਤਗਰਦੀ ਦੇ ਸਿੱਖਾਂ ਉੱਪਰ ਵੱਧਦੇ ਜ਼ੁਲਮ ਨੂੰ ਵੇਖਦੇ ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵਿਦੇਸ਼ੀ ਸਿੱਖ ਪੰਜਾਬ ਦੇ ਨੌਜਵਾਨਾਂ ਦੀ ਪੀੜ ਨੂੰ ਮਹਿਸੂਸ ਕਰਦਾ ਹੈ ਅਤੇ ਪੰਜਾਬ ਦੇ ਨਾਲ ਹਮਦਰਦੀ ਰੱਖਦਾ ਹੈ। ਅਸੀਂ ਭਾਰਤੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਹਰ ਹੀਲੇ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਨਾਲ ਹੀ ਅਸੀਂ ਪੁਲਿਸ ਦੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਲੀਡਰਾਂ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਵਿਦੇਸ਼ਾਂ ਵਿੱਚ ਪਹਿਲਾਂ ਹੀ ਭਾਰਤੀ ਸਟੇਟ ਦੇ ਨੁਮਾਇੰਦਿਆਂ ਦਾ ਬਾਈਕਾਟ ਕੀਤਾ ਹੋਇਆ ਹੈ ਪਰ ਹੁਣ ਮੌਜੂਦਾ ਭਾਰਤੀ ਦਹਿਸ਼ਤਗਰਦੀ ਨੂੰ ਵੇਖਦੇ ਹੋਏ ਇਹ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੱਖ ਨੌਜਵਾਨੀ ਉੱਪਰ ਜ਼ੁਲਮ ਕਰ ਰਹੇ ਪੁਲਿਸ ਅਧਿਕਾਰੀ ਜਾਂ ਰਾਜਨੀਤਿਕ ਆਗੂ ਜੋ ਸਿੱਖ ਨੌਜਵਾਨਾਂ ਉੱਪਰ ਜ਼ੁਲਮ ਕਰਨ ਵਾਲੀ ਭਾਰਤੀ ਸਟੇਟ ਦੀ ਪੁਸ਼ਤ ਪਨਾਹੀ ਕਰਦੇ ਉਹਨਾਂ ਸਾਰਿਆਂ ਦਾ ਮੁਕੰਮਲ ਤੌਰ 'ਤੇ ਗੁਰਦੁਆਰਿਆਂ ਵਿੱਚ ਬਾਈਕਾਟ ਹੋਵੇਗਾ ਜਿਵੇਂ ਪਹਿਲਾਂ ਹੀ 96 ਗੁਰਦੁਆਰਿਆਂ ਵੱਲੋਂ ਭਾਰਤੀ ਨੁਮਾਇੰਦਿਆਂ ਦਾ ਬਾਈਕਾਟ ਕੀਤਾ ਗਿਆ ਸੀ। ਉਸੇ ਮਤੇ ਨੂੰ ਅਗਾਂਹ ਵਧਾਉਂਦਿਆਂ ਅੱਜ 162 ਗੁਰਦੁਆਰਿਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ
कि यह बाइकाट इस तरह लागू रहेगा, विदेशों में भारतीय पुलिस अधिकारियों ते दे पहुंचने उपर मनुखी अधिकार तहत कानूनी कार्रवाई पाई जाएगी। नंबर दो ते भारतीय चोणां वेले विदेशों में ठूठा चुक के फंड इकट्ठा करन लई आउण वाली हर राजनीतिक धिर दा विरोध होवेगा अते विदेशों विचों यह सिख विरोधी राजनीतिक पार्टियां नूं फंड देण वालियां दा भी संगती रूप विच विरोध होवेगा। तीन नंबर ते जी अज दी यह एकत्रता भारतीय स्टेट वालों संघर्षशील सिख नौजवानों नूं अतवादी एलानण ते असी भारतीय स्टेट नूं एक मनुखता विरोधी अतवादी मुल्क एलांदे हाँ। अज असी नरेंद्र मोदी, अमित शाह, राजनाथ सिंह, आदित्यनाथ योगी, कमलनाथ, सज्जन कुमार, कैप्टन अमरिंदर, प्रकाश बादल, सुखबीर बादल, डीजीपी दिनकर गुप्ता, रवनीत बिट्टू समेत सैनी नूं अतवादी एलांदे हाँ। अखीर विच सिख कौम नूं भारतीय स्टेट खिलाफ एकजुट होण लई सद्दा दित्ता जांदा है तां जो हिंदुस्तानी घटिया नीतियां दा डट के मुकाबला किया जा सके। सो ये मते जिहड़े आ कल 162 जिहड़े कैनेडा तो और अमेरिका तो गुरद्वारे साहिबान अते पंथक जथेबंदियां ने सांझे रूप दे विच ये मते पाए आ, फैसला किया आ, और ये इस करके आ जिमें आप जी नूं यह दस्या गया कि ये जो भारतीय स्टेट नूं एक अतवादी मुल्क एलानण दा, टैरोरिस्ट कंट्री एलानण दा असी एलान किया आ, उस तरह उस स्टेट दे कुछ नाम जिहड़े आप जी नूं पढ़ के दसे गए हन उह लोग अतवादी हन। इस तों वी वध के अगे जिहड़ियां जथेबंदियां आ जिहड़ियां RSS बजरंग दल शिव सेना जिहड़ियां हमेशा ही सिखां दे खिलाफ भुगदियां आ उह सारियां नूं ऑलरेडी अमेरिका दे विचों CAIA ने बैन किया होया आ, और वह भी अतवादी जथेबंदियां होने के कारण करके ही किया होया आ। सो मैं ज़्यादा समा नहीं लिंदा। सो डॉक्टर अमरजीत सिंह जी जो खालिस्तान अवेयर सेंटर तो साढ़े बच्चे अज आए हुए न, ये भी अपने विचार इन्हां मतियां नूं लेके रखणगे। डॉक्टर साहब जी, सब तो पहला तो मैं तुहाडा सारा TV चैनल्स वालियां दा शुक्रिया अदा करदा कि इन्ने लेट आवर्स दे विच भी तुसी मौजूद हो और अज दी इस प्रेस कॉन्फ्रेंस की कार्रवाई नूं तुसी कवर कर रहे हो। जो हालात साढ़े खिते दे बने हुए ने साउथ एशिया दे, असी ये गल महसूस करते हैं कि एक पासे भारत दे विच जिथे कि ऑलरेडी पिछले 6 साल तो नरेंद्र मोदी की अगवाई दे विच पहली सरकार 2014 च बनी और उस तो बाद 2019 दियां चोणां दे विच दोबारा 300 तो ज़्यादा सीटां लैके हिंदू हिंदी हिंदुस्तान की अलंबरदार RSS की पोलिटिकल आउटफिट BJP ने हकूमत बनाई। इन्हां दियां जिहड़ियां घट गिणतियां प्रति अकलीतां प्रति नीतियां ने उन्हां दे सबूत सानू किते होर इकट्ठे करन दी लोड़ नहीं है। जे अमरीका दे कमिशन यूनाइटेड स्टेट्स कमिशन ऑन इंटरनेशनल रिलीजियस फ्रीडम, एमनेस्टी इंटरनेशनल, ह्यूमन राइट्स वॉच जां 2 हफ्ते पहला ही अमरीका दे स्टेट डिपार्टमेंट वालों रिलीजियस फ्रीडम की जिहड़ी सारी हालत है उन्हां वल असी नज़र मारीए तो फिर इस विच कोई शक नहीं रह जांदा कि भारत बेशक कहण नूं संविधानक तौर ते अपने आप नूं एक जमहूरीयत जां एक रिपब्लिक कहिंदा है जां एक सैकुलर मुल्क कहिंदा है, पर हकीकत दे विच भारत इस वेले बिल्कुल नाज़ीवादी और फाशीवादी, जिवें 1930 जर्मन दे विच नाज़ी रजीम सी और इटली दे विच फाशिज़म सी, उस रस्ते ते तुरिया होया। ज़ाहर है कि उन्हां दियां अपनियां फेलियर्स ने जो कुछ ईस्टर्न बॉर्डर लद्दाख गलवान वैली जां दूसरे थावां दे उत्ते होया जिसने भारतीय क़यादत दी बिल्कुल नाअहलियत नूं साबित कीता है, और ये हमेशा रहा। असी देखते हैं कि किसी ना किसी बहाने नाल मेजोरिटेरियन जिहड़ा इन्होंने सिस्टम उन्होंने खुश करन दा बहुगिणती दा रख्या होया है, उन्होंने खुश करन लई अकलीयतां दे उत्ते हमले करने, अकलीयतां दी परसीक्यूशन ये इन्हां दा एक कम करन दा ढंग है। असी देखते हैं जो कुछ 5 अगस्त 2019 तो कश्मीर दा स्टेटस खत्म करके कश्मीर च किया जा रहा है, जो कुछ 200 मिलियन मुसलमानों नाल भारत भर च हो रहा है,
और खास तौर पर एक पासे चार सिख पंजाब दे सिख रेजिमेंट दे जिहड़े कि वो लद्दाख दे विच मारे जांदे ने, इन्हां दी यूनिटी इंटैग्रिटी दे नारे दे थले जिथे इन्हां दी टोटल नाअहलियत है। पर दूसरे पासे, और ये गल मैं ही नहीं कह रहा, 15 तो ज़्यादा सिख इंटेलैक्चुअल्स ने जिहड़ी कल स्टेटमेंट मीडिया नूं दित्ती है उहदे च उन्हां ने कहा कि भी ये सिखां दे उत्ते एक साइकोलॉजिकल प्रैशर बिल्ट कर रहे हैं, क्योंकि एक आवाज़ डायस्पोरा सिखां च भी उठी है, पंजाब च भी है कि भाई असी हुण तुहाडे लई नहीं मरना। ये भी दावे आए ने जिहड़े कि जेन्युइनली ने कि किवें लद्दाख दा ओरिजन जिहदे नाल 1846 च सरकारे खालसा जीओ एम्परर ऑफ चाइना दलाई लामा ऑफ तिब्बत दी टीटी दे थले सिख राज दा हिस्सा सन, और 1975 जदों वाजपाई जिहड़ा एज ए फॉरन मिनिस्टर चाइना दे विच जांदा है ते उन्हां दे फॉरन मिनिस्टर ने इस मुद्दे दे उत्ते बॉर्डर ते गल करन तो ये कह के ना कर दित्ती कि ये सिख राज दे नाल ही असी गल करांगे। और ये गल कोई होर नहीं कहिंदा, गांधी दा पोता जिहड़ा कि राजमोहन, जिस राजमोहन गांधी उन्हें अपने जिहड़ा है उस डायलैक्ट दे विच जदों वापस आया अपने डायलॉग दे विच ये गल कही। सो ये गल सिख इंटेलैक्चुअल्स भी पंजाब च समझदे ने कि ये एक प्रैशर बिल्डिंग टैक्टिक है, सिखां नूं साइकोलॉजिकल कैजुअलिटी बनाया होया। और जिस तेज़ी नाल पंजाब च नौजवानों की गिरफ्तारी हो रही है, यही नहीं कि डायस्पोरा दियां 162 सिख जथेबंदियां सिख गुरद्वारे जिहड़े मते भाई हिम्मत सिंह जी ने जिस सारी कॉन्फ्रेंस टैलीकॉन्फ्रेंस दे विच अमेरिकन गुरद्वारा प्रबंधक कमेटी ने और ईस्ट कोस्ट सिख कोआर्डीनेशन कमेटी ने समूह जथेबंदियां और गुरद्वारियां दे सहयोग नाल ये तीन रेजोल्यूशन किए ने। पर इस सब का लुबे लबाब यह भी समझण वाला है कि किवें पंजाब के अंदर बराबर परसीक्यूशन भी चल रही है, किवें अजीत डोभाल का खासम खास दिनकर गुप्ता जिहड़ा खुद इंटैलीजेंस ब्यूरो च रहा है, वह पंजाब का डी जी पी और जिन्हें कहा कि 6 घंटे च करतारपुर साहब जाके उस गुरद्वारा साहब कोई भी दहशतगर्द बन सकता है। और इन इस बैकग्राउंड च भी देखा जाए कि पाकिस्तान की हकूमत करतारपुर लांघा खोलना चाहती है, श्रोमणी कमेटी स्वागत करती है खोलण दा, ईवन इन्हां दे स्ट्रक्चर दे एक्टिंग जथेदार भी उन्हूं वेलकम करते हैं। और ये इस सारे नूं जो कुछ पंजाब च चल रहा है उन्हूं ISI मोड्यूल बना के जिहड़ा ये भावें कोई भी जिहड़ी खालिस्तान की गल करन वाली जथेबंदी है, और इहदे च कोई शक नहीं है कि रेफरेंडम 2020 जिन्हां ने 4 जुलाई तो रजिस्ट्रेशन की गल की अल्टीमेटली वो यूनाइटेड नेशनस की ऑस्पिशियस होने वाला रेफरेंडम होए जां बिटवीन स्टेट एंड कंट्री जिवें कैनेडा दे विच क्यूबैक और कैनेडियन गवर्नमेंट की रजामंदी नाल होया, जां स्कॉटलैंड स्कॉटिश नैशनलिस्ट पार्टी और इंग्लैंड की गवर्नमेंट की मर्जी नाल होया, ये जमानदरू हक है, UN चार्टर भी दिंदा है। और ईवन इन्हां दे अपने सुप्रीम कोर्ट के डिसीजन जिहड़े केस श्रोमणी अकाली दल अमृतसर ने लड़े वो पीसफुली खालिस्तान की गल कर इजाजत देंदे ने। पर ये एक बहाना, एक पासे नॉर्थ ईस्ट लद्दाख के सिनेरियो नूं देख के, दूसरे पासे जिहड़ी सिखां दे विच तड़प है कि असी अपना आज़ाद देश खालिस्तान लिबरेट करवाना है, ये बिल्कुल सुप्रेसिव टैक्टिक है। और एक क्लीयर मैसेज इतों दिता जा रहा है इन्हां तीन रेजोल्यूशन के राही कि नरेंद्र मोदी अमित शाह एक कातलों की जोड़ी जिन्होंने 2002 च हज़ारा मुसलमान गुजरात दे विच मारे, अज राजनाथ क्योंकि डिफेंस मिनिस्टर है इन्हों का ट्रिनिटी का हिस्सा है, और पंजाब दे विच इन्हां ने पिछले 4 दहाकों वो प्रकाश बादल होए, सुखबीर बादल होए, अमरिंदर होए, जा इन्हां दा सारा ही अमला फैला। जे तुसीं करिंदियां दा नाम लो, दिनकर गुप्ता अज बैठा है, सुमेध सैनी जिहड़ा एक्स है, ये सारे उही ने। हुण तां चीफ सैकटरी भी विनी महाजन इस दिनकर गुप्ते की जिहड़ी घरवाली है उन्हूं ला दित्ता है। सिविल एडमिनिस्ट्रेशन भी टोटल इस वेले एजेंसियां रन कर रही हैं, और मैसेज इत्थों बड़ा क्लीयर है जिथे असी अपने पंजाब और भारत के दूसरे हिस्सों जिथे सिख नौजवानों की हरासमेंट हो रही है, अरैस है, परसीक्यूशन है, उन्होंने नाल खड़े हैं। इत्थे असी इन्हों चैलेंज करते हैं कि जे तुहाडे च कोई भी UN दे चार्टर दे थले इंटरनेशनल लॉ दे थले तुसी किसे मुद्दे ते डिबेट करना चाहते हो तो दुनिया भर का प्लेटफॉर्म किते भी असी 5 मिलियन सिख डायस्पोरा तुहानू चैलेंज करदे कि आके तुसी अपना केस पेश करो। पर ये परसीक्यूशन, ये गिरफ्तारियां, झूठे मुकदमे,
ਇਹ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸਿੱਖ ਕੌਮ ਦੀ ਆਵਾਜ਼ ਨੂੰ ਸਾਡੀ ਫਰੀਡਮ ਦੀ ਇੰਪਲਸ ਨੂੰ ਕਦੇ ਨਹੀਂ ਜਿਹੜੇ ਨੇ ਉਹ ਦਬਾ ਸਕਦੇ ਇਹੋ ਜਿਹੇ ਯਤਨ ਮੁਗਲੀਆ ਹਕੂਮਤ ਨੇ ਵੀ ਕੀਤੇ ਦਰਾਏ ਖੈਬਰ ਪਾਰ ਦੇ ਧਾੜਵੀਆਂ ਨੇ ਵੀ ਕੀਤੇ ਅੰਗਰੇਜ਼ਾਂ ਨੇ ਵੀ ਕੀਤੇ ਔਰ ਅੱਜ ਦੇ ਦੌਰ 'ਚ ਵੀ ਚਾਰ ਦਹਾਕਿਆਂ 'ਚ ਬਥੇਰਾ ਜ਼ੋਰ ਲਾ ਲਿਆ ਇਹ ਆਜ਼ਾਦੀ ਦੀ ਆਵਾਜ਼ ਅੱਜ ਤਿਹਾੜ ਜੇਲ੍ਹ 'ਚ ਬੇੜੀਆਂ ਔਰ ਹੱਥਕੜੀਆਂ 'ਚ ਜਕੜਿਆ ਜਥੇਦਾਰ ਜਗਤਾਰ ਸਿੰਘ ਹਵਾਰ ਹੈ ਜੇ ਤੁਸੀਂ ਉਹਨਾਂ ਦੀ ਸਪਿਰਿਟ ਡੈਂਪਨ ਨਹੀਂ ਕਰ ਸਕਦੇ ਤਾਂ ਡਾਇਸਪੋਰਾ ਵਾਲੇ ਤਾਂ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਅਲਟੀਮੇਟਲੀ ਫਰੀਡਮ ਦਾ ਖਾਲਿਸਤਾਨ ਦਾ ਆਜ਼ਾਦੀ ਦਾ ਕੀ ਮਤਲਬ ਹੈ ਸੋ ਅਸੀਂ ਇਹਨਾਂ ਨੂੰ ਵਾਰਨ ਕਰਦੇ ਹਾਂ ਕਿ ਅਸੀਂ ਤੁਹਾਨੂੰ ਇੰਟਰਨੈਸ਼ਨਲ ਕੋਰਟ ਦੇ ਵਿੱਚ ਘੜੀਸਾਂਗੇ ਅਸ ਤੁਸੀਂ ਵਾਰ ਕ੍ਰਿਮੀਨਲ ਹੋ ਜੋ ਤੁਹਾਡੇ ਐਕਟ ਨੇ ਉਸ ਡੈਫੀਨੇਸ਼ਨ ਦੇ ਥੱਲੇ ਆਉਂਦੇ ਨੇ ਜੋ ਕੁਛ ਸਰਬਾ ਨੇ ਕੀਤਾ ਔਰ ਉਹਨਾਂ ਨੂੰ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇੰਡਾਈਟ ਕੀਤਾ ਉਹ ਦਿਨ ਦੂਰ ਨਹੀਂ ਹੈ ਔਰ ਇਹ ਮੈਂ ਗੱਲ ਕਲੋਜ਼ ਕਰਾਂ ਕਿ ਤੁਸੀਂ ਜਿੱਥੇ ਮਰਜ਼ੀ ਭੱਜ ਲਿਓ ਵੀ ਵਿਲ ਚੇਜ਼ ਯੂ ਵੀ ਵਿਲ ਫਾਈਂਡ ਯੂ ਵੀ ਵਿਲ ਐਕਸਟ੍ਰਾਡਾਈਟ ਯੂ ਟੂ ਖਾਲਿਸਤਾਨ ਐਂਡ ਟਰਾਈ ਯੂ ਐਂਡ ਹੈਂਗ ਯੂ ਫਾਈਨਲੀ ਇਹਨਾਂ ਸਾਰਿਆਂ ਨੂੰ ਜਿਹੜਾ ਇਹਨਾਂ ਦੇ ਗੁਨਾਹ ਦੀ ਸਜ਼ਾ ਦਿੱਤੀ ਜਾਏਗੀ ਲੇਕਿਨ ਫਿਰ ਵੀ ਇੰਟਰਨੈਸ਼ਨਲ ਨੋਰਮ ਨੂੰ ਸਾਹਮਣੇ ਰੱਖਦੇ ਹਾਂ ਅਸੀਂ ਇਸ ਮੀਡੀਆ ਆਊਟਲੈਟ ਦੇ ਰਾਹੀਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਸੋਲੀਡੈਰਿਟੀ ਦਾ ਮੈਸੇਜ 30 ਮਿਲੀਅਨ ਸਿੱਖ ਨੇਸ਼ਨ 5 ਮਿਲੀਅਨ ਸਿੱਖ ਡਾਇਸਪੋਰਾ ਇੰਡੀਪੈਂਡੈਂਸ ਦੇ ਲਈ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਲਿਬਰੇਟ ਕਰਵਾਏਗਾ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦਾਸ ਪਹਿਲਾਂ ਤਾਂ ਜਿਹੜੇ ਨੌਜਵਾਨ ਸਾਡੇ ਨਜਾਇਜ਼ ਉੱਥੇ ਫੜ ਰਹੇ ਆ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਉਸ ਗੌਰਮੈਂਟ ਦੀ ਕਿ ਉਹ ਬਿਨਾਂ ਵਜ੍ਹਾ ਬੱਚਿਆਂ ਸਾਡਿਆਂ ਨੂੰ ਚੁੱਕ ਰਹੀ ਆ ਅਤੇ ਮੈਨੂੰ ਲੇਟਸਟ ਪਤਾ ਇਹ ਵੀ ਲੱਗਾ ਕਿ ਉਹ ਜਿੱਥੇ ਸਾਡੇ ਨੌਜਵਾਨ ਸਿੰਘਾਂ ਨੂੰ ਚੁੱਕ ਰਹੀ ਉੱਥੇ ਉਹਨਾਂ ਦੇ ਪੇਰੈਂਟਸ ਨੂੰ ਵੀ ਥਾਣਿਆਂ 'ਚ ਸੱਦ ਰਹੀ ਆ ਅਤੇ ਉਹਨਾਂ ਦੀ ਬਹੁਤ ਹੀ ਬੇਇੱਜ਼ਤੀ ਕਰ ਰਹੀ ਆ ਇਹ ਬਹੁਤ ਹੀ ਮੰਦਭਾਗੀ ਗੱਲ ਆ ਜੋ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੰਮੇ ਸਮੇਂ ਤੋਂ ਖਾਲਿਸਤਾਨ ਦੀ ਜੋ ਲੜਾਈ ਲੜ ਰਹੇ ਹਨ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਖਾਲਿਸਤਾਨ ਦੀ ਲੜਾਈ ਲੜ ਕੇ ਜਿੱਤੀ ਹੈ ਅਤੇ ਫਿਰ ਇਹਨਾਂ ਜਿਹੜੀਆਂ ਕੋਰਟਾਂ ਆ ਇਹ ਕੋਰਟਾਂ ਕਾਹਦੀਆਂ ਰਹਿ ਗਈਆਂ ਝੂਠੀਆਂ ਕੋਰਟਾਂ ਜੋ ਉੱਥੇ ਸਿੰਘ ਸਾਡੀ ਖਾਲਿਸਤਾਨ ਦੀ ਸ਼ਾਂਤਮਈ ਤਰੀਕੇ ਨਾਲ ਗੱਲ ਕਰਦੇ ਆ ਅੱਜ ਉਹਨਾਂ ਨੂੰ ਜੇ ਇਹ ਬੋਦਰ ਕਰਦੇ ਨੇ ਇਸ ਕਰਕੇ ਅਸੀਂ ਸਾਰੇ ਹੀ ਬਾਹਰ ਇਕੱਠੇ ਹਾਂ ਜੋ ਮਤੇ ਸਿੰਘਾਂ ਨੇ ਅੱਜ ਪੜ੍ਹੇ ਆ ਇਹ ਮਤਿਆਂ 'ਤੇ ਅਸੀਂ ਸਾਰੇ ਹੀ ਅਸੀਂ ਪਹਿਰਾ ਦੇਵਾਂਗੇ ਜਿਹੜੇ ਵੀ ਪੁਲਿਸ ਅਫਸਰ ਉੱਥੇ ਧੱਕਾ ਕਰ ਰਹੇ ਹਨ ਉਹਨਾਂ ਨੂੰ ਇਹ ਸੋਚਣਾ ਪੈ ਜਾਏਗਾ ਕਿ ਇਹ ਮਹਿੰਗਾ ਪੈ ਜਾਏਗਾ ਉਹਨਾਂ ਵਾਸਤੇ ਦੂਸਰੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਇੱਕ ਪੈਨਲ ਬਣਾਇਆ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪੰਜਾਂ ਵਕੀਲਾਂ ਦਾ ਉਹਨਾਂ ਨਾਲ ਸਿੰਘ ਕੋਈ ਕੰਟੈਕਟ ਕਰ ਸਕਦੇ ਹਨ ਦੋ ਸਾਡੇ ਹਾਈ ਕੋਰਟ ਦੇ ਵਕੀਲ ਹਨ ਲੱਕਣਪਾਲ ਅਤੇ ਸਿਮਰਜੀਤ ਸਿੰਘ ਉਹ ਵੀ ਸਾਡੇ ਅਸੀਂ ਵਕੀਲ ਉੱਥੇ ਕੀਤੇ ਹਨ ਮੇਰੇ ਵੀਰ ਮੇਰੇ ਕੋਲ ਨੰਬਰ ਲੈ ਸਕਦੇ ਹਨ ਅਤੇ ਆਪਾਂ ਸਾਰਿਆਂ ਨੇ ਰਲ ਕੇ ਇਹ ਕੌਮ ਦੇ ਬੱਚੇ ਆਏ ਕਿ ਪਾਰਟੀ ਦੇ ਬੱਚੇ ਨਹੀਂ ਇਹ ਸਾਡੇ ਕੌਮ ਦੇ ਬੱਚੇ ਆ ਇਹਨਾਂ ਬੱਚਿਆਂ ਪਿੱਛੇ ਅਸੀਂ ਮਗਰ ਖੜ੍ਹੇ ਹਾਂ ਇਹਨਾਂ ਬੱਚਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਜੇ ਵਾਧਾ ਕੋਈ ਵੀ ਕਰਦਾ ਆ ਅਸੀਂ ਉਹਨਾਂ ਦੇ ਮਗਰ ਖੜ੍ਹੇ ਹਾਂ ਉਹਨਾਂ ਪਰਿਵਾਰਾਂ ਦੀ ਅਸੀਂ ਪੂਰੀ ਪੂਰੀ ਮਦਦ ਕਰਾਂਗੇ ਮੈਂ ਬੇਨਤੀ ਕਰਦਾ ਕਿ ਜਿੰਨੀ ਵੀ ਕੌਮ ਬਾਹਰ ਰਹਿੰਦੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਬੱਚੇ ਜੋ ਵੀ ਜਿਹੜੇ ਪਰਿਵਾਰਾਂ ਦੇ ਵੀ ਅੱਜ ਦੁੱਖ ਆ ਰਿਹਾ ਜੇ ਪੁਲਿਸ ਉਹਨਾਂ ਨੂੰ ਤੰਗ ਕਰ ਰਹੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਮੈਂ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਜਿੰਦਰ ਸਿੰਘ ਨਿਊਯਾਰਕ ਸੈਲਫ ਡਿਟਰਮੀਨੇਸ਼ਨ ਕੌਂਸਲ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਇੱਕ ਗੱਲ ਜ਼ਰੂਰੀ ਕਲੀਅਰ ਕਰ ਦਈਏ ਕਿ ਹਿੰਦੁਸਤਾਨ ਦੀ ਸਰਕਾਰ ਨੇ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ
चाहे वह जराइम पेशा कौम लाने हैं, चाहे उस तो बाद पंजाबी सूबे का मोर्चा चलिया वह भी शांतमई मोर्चे भारत सरकार ने अपनी पुलिस के नाल फोर्स के नाल दबा पा के 4 जुलाई 1965 श्री दरबार साहब के उत्ते 1955 श्री दरबार साहब के उत्ते हमला करके उत्ते 200 तो वध सिंघां नूं शहीद किया। उस तो बाद पंजाबी सूबे तो बाद धर्मयुद्ध मोर्चा चलता है, बहुत शांतमई ढंग दे नाल धर्मयुद्ध मोर्चा चलता है। हिंदुस्तान के इतिहास का सब तो वड्डा शांतमई मोर्चा है धर्मयुद्ध मोर्चा सी, जिहदे विच सिखां दीआं मंगां सीगीआं, उन्हां नूं भी भारतीय फौज के नाल पावर के नाल दबण की कोशिश की है। बंदे मारियां जां गुरद्वारे ढाया संघर्ष दबदे नहीं हुंदे, ना असी उस मौके हारे सी जिहड़ी साडी लड़ाई 1984 भारतीय सरकार ने जदों जून 1984 साढ़े ते हमला करके ये दसण की कोशिश की कि शायद असी गल खत्म कर दिती है। गल उस दिन तो शुरू हुई है, उस दिन तो पहलां संत जरनैल सिंह खालसा भिंडरांवालियां दे ओह बचन याद करा दईए। संतां ने बचन किए जिस दिन भारतीय फौज के कदम श्री दरबार साहब की परिक्रमा च पए उस दिन खालिस्तान की नींह रखी जाऊगी। एक शांतमई चलते संघर्ष में भारतीय सरकार ने फौजां दे नाल दबाउण की कोशिश की, तो उस तो बाद साढ़े मरजीवड़िया ने उस संघर्ष में लैके कुर्बानियां कीतियां। अज असी यह दस दईए कि भाई असी 20वीं सदी के इस मौके पर बाहर विदेशों में बैठे भी पंजाब दे विच बैठे भी कौम दे घर खालिस्तान की गल करते हैं। यह हिक थापड़ के सारी गलबात वर्ल्ड सिख पार्लीमेंट या जिहड़ियां जथेबंदियां शांतमई ढंग दे नाल हिंदुस्तान तो अलग होण दी खालिस्तान पंजाब नूं आजाद करवाउण दी गल करदी है, ते लेकिन भारतीय स्टेट आ जिहड़ी उह इह पॉलिसियां बना बना के सिख नौजवानां दे उत्ते गलत केस पा के जां उहनां दे उत्ते असले दा केस पा के कोई भी इस मौके पर सिख कौम की जथेबंदी हथियारबंद संघर्ष नहीं लड़ती। असीं दुनिया नूं दस चुके हाँ साडा संघर्ष शांतमई है, लेकिन हिंदुस्तान की सरकार ने बदनाम कर करके शांतमई संघर्ष की गलबात करन वालियां नूं जां रेफरेंडम की गलबात करन वालियां नूं जिहड़ा दुनिया के विच एक तरीका है वी भाई रेफरेंडम की वोट करा के जे भारत एक लोकतंत्र देश है अपने आप नूं लोकतंत्र कहाउंदे ने फिर लोगों हक देण वे भाई वह भारत नाल रहना चाहते है जां नहीं रहना चाहते। ये जिहड़ा रेफरेंडम का तरीका लोगों की आवाज़ सुनने का तरीका है कि लोग पंजाब दे हिंदुस्तान नाल रहना चाहते आ जां नहीं रहना चाहते, ये किहड़ी अतवाद वाली गलबात हो गई। हुण जिहड़ा सिख भारतीय पिंजरे तो बाहर है वह दुनिया नूं दस देना चाहता है कि जिहड़ी हिंदुस्तान की जालम सरकार आ इत्थों दी डेमोक्रेसी आ फेक डेमोक्रेसी है, ये बहुत गिणतियां नूं खुश करने दे लई घट गिणतियां दा कतल करके आपो अपनियां वोटां दी बैंक वधाउणा चाहुंदे आ वोट बैंक वधाउणा चाहुंदे आ। इसे ढंग दे नाल कदे राजीव गांधी ने नवंबर 1984 सिख कौम दा कतलेआम करवाया है, उसने बहुत वड्डी गिणती दे विच उस तों बाद जित प्राप्त कीती। उस तों बाद अगे चलीए नरेंद्र मोदी ने गुजरात विच मुसलमान भरावां दा कतलेआम कराया, उसने जित प्राप्त की। ये जिहड़ी भारत की डेमोक्रेसी है डिक्टेटरशिप नाल भी घटिया है, डिक्टेटर तो कदे कदे आस हुंदी आ कि मर जाऊगा तो लोग सुख का साह लैणगे, लेकिन जिहड़ी डेमोक्रेसी है ये बहुत गिणती नूं खुश करने दे लई साडी जिहड़ी घट गिणतियां नूं दवाया जांदा है। रेफरेंडम एक प्रूव्ड सिस्टम आ जिहदे हिसाब दे नाल साडे सिख प्रोजेस्ट नूं क्रेडिट जांदा है, जिहड़े रेफरेंडम दे नाल खालिस्तान की गलबात करदे आ जिहड़े लोग उहनां नूं अतवादी कहिंदे आ उहनां नूं दुनिया विच नंगे करांगे, उहनां नूं इह दसांगे तुसीं 2.5 लाख तों वध सिख नौजवानां दे कातल हो ते सानूं ही साडे गुरधामां दी बेअदबी करन वाले हो, असली कातल ते असली अतवादी तुसीं हो जिहड़ी भारतीय स्टेट आ जां उहदे नुमाइंदे ने। उहनां दे नौं पहलां जिक्र हो चुका सी, बार बार उहनूं रिपीट नहीं करना, जिहड़े भी उहनां दे नुमाइंदे बाहर होणगे उन्हां ते इत्थों दे सिस्टम दे अनुसार जां जिहड़े ढंग दे नाल भी सातों कार्रवाई पई असीं पावांगे। समुची कौम नूं बेनती करदे आं भाई कौम दी आजादी लई गलबात करिए, जिहड़ी भी जथेबंदी तकड़ी हो के अगे आ के सेवा करदी आ सानूं उहनां सारिआं दा साथ देना चाहीदा, ते बाकी जो सिस्टम साडा बाहरले जदों इहनां दे नुमाइंदे चाहे पुलिस ऑफिसर चाहे कोई लीडर बाहर आऊगा जिहड़ा भारतीय स्टेट दे नाल रल के सिख कौम की आवाज़ नूं बंद करना चाहुंदा है,
ये आवाज़ा कदे बंद नहीं हुंदियां, ये बंदे मारिया मतलब लड़ाइया ये सिख कौम ने कदे हारनिया नहीं है। कदे 1984 कहें संत जरनैल सिंह भिंडरांवाले दे नाल 30-35 कही है, ये कदे भी मुकदे नहीं हुंदे जिन्ने तुसीं मर्जी मार लो। एक दस देना चाहते हैं जिहड़े सिख नौजवान हिंदुस्तान दे विच झूठे पुलिस मुकाबले जां जिहड़ियां रिपोर्टां बना के उन्हां नूं इस मौके गिरफ्तारियां कीतियां जांदियां, असीं हर हालत विच उन्हां दी सपोर्ट करांगे। जिन्ना भी साडे च दम होया गुरु साहब कृपा करनगे, असीं उन्हां सिख नौजवानां दे नाल परिवारां दे नाल हर तरह की हमदर्दी अते लीगल कार्रवाई करांगे जी। वाहिगुरू जी का खालसा, वाहिगुरू जी की फतेह। वाहेगुरु जी का खालसा, वाहेगुरु जी की फतेह। दास गुरनिंदर सिंह, स्टेट स्पोक्समैन, सिख कोऑर्डिनेशन कमेटी ईस्ट कोस्ट। ये जो अज मते पाए गए ने 162 गुरु घर जथेबंदियों वालों सांझे तौर पर, ये उस भारतीय स्टेट नूं ही दस देना चाहते हैं कि इत्थे तक ही साडी बस नहीं, इन्हां मतियां नूं इन्हां नूं इंग्लिश दे रूप दे विच स्टेट डिपार्टमेंटां दे कोल लैके जावांगे। जिहड़ा अपना इत्थे दा स्टेट डिपार्टमेंट है, जिस तरह तुहानूं पता कि अजकल इलैक्शनां दा दौर है, तो इन्हां मतियां नूं इन्हां मंगां नूं असीं उहनां जो कि कांग्रेसमैनां लई रन कर रहे जां स्टेट रैप लई रन कर रहे, कोई सैनेट लई रन कर रहा, उहनां नूं भी इह कॉपियां पहुँचाईआं जाणगीआं। यूनीवर्सिटियां तक भी इन्हां कॉपियां नूं असीं डिलीवर करांगे तां कि जिहड़ी साडे यूथ यूनीवर्सिटी विच पढ़दे आ, क्योंकि यूनीवर्सिटी विच इन्हां दे बंदे आ के भी कोई PhD कर रहे आ, उत्थे अपने चेहरा बना रहे हैं, ये उत्थे तक इन्हों सारे मैसेज दिंदे हैं कि जिथे जिथे भी तुसी ढाडी पहुँच आ असी उत्थे उत्थे पहुँचांगे, तुहानू टक्करांगे जिस तरह पहला टक्कर दे रहे हैं, अज भी टक्करांगे। सिंह ना मरे आ ना ही मरणगे। असी हुण अपने बच्चों मैसेज देना चाहते हैं कि ये गुरु साहब साडा इम्तिहान लै रहे आ, आजादियां इदां ही नहीं मिलदियां, सिर देने पैंदे आ, पर असी उन्हां बच्चों के नाल उन्हां परिवारों के नाल सिर दे नाल सिर जोड़ के मोढ़े नाल मोढ़ा जोड़ के उत्थे उन्हां दा साथ देवांगे। जिस तरह भाई बलजिंदर सिंह, हिम्मत सिंह डॉक्टर साहब जी ने जो कहा, भाई कलार सिंह ने उन्होंने उत्थे पैनल भी बनाया वकीलों का, जिस वीर नूं भी किसी नंबर की जरूरत होवे वो उन्होंने राबता कर सकते हैं, किसी तरह की भी किसी नूं भी मदद की जरूरत होवे वो साढ़े तक पहुँच कर सकते हैं। इस तरह ही इदां दे मते होर भी लिआंदे जाणगे। ये जिहड़े भारतीय स्टेट के अतवादी आ, जिस तरह साडे सिखां नूं उत्थे अतवादी कहिंदे आ, अज इन्हां नूं अतवादी असीं ऐलान करदे आ, जिहड़ी कि भारतीय स्टेट अतवाद दा अड्डा बणिआ बैठा आ, जिहड़े कि मंदरां दे विच हथियार सप्लाई करदे आ, अपने बच्चों हथियार चलाउणा सिखाउंदे आ, ते सानूं इह अतवादी कहिंदे जो कि शांतमई तरीके दे नाल अपना हक मंगणा चाहुंदे आ, जो कि UN दे चार्टर दे नाल सानूं हक भी हैगा आ। ये भारतीय स्टेट नूं दिंदे इक वारी फिर मौका कि अपनियां आईयां तो सुधर जाओ, तुसीं अपनी जिहड़ियां हरकतां तुसीं करदे आ इन्हां तो तुसीं साफ हो जाओ, नहीं तां तुहानूं खालसा मैदाने आ के टक्करूगा जी। वाहेगुरू जी का खालसा, वाहेगुरू जी की फतेह। सवाल सवूल वाला तो नहीं कुछ है? हाँ जी, मेरा ख्याल है। हाँ 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 जी, देखो जे जिमें कुछ लीडर हैगे आ पंजाब दी धरती ते किसी भी पार्टी नाल हो सकते आ, जिहड़े इंसानियत दे नाल खड़दे आ, जिहड़े मनुखी अधिकारां वास्ते लड़दे आ, वह कोई भी हो सकदा। आफ्टरऑल जिहड़े पंजाब दे लोक आ वह साडे अपने लोक आ, पर जिहड़े दस्ता बणदे आ सेंटर सरकार दा, उहनां दा असीं ठोक के विरोध करांगे। असी उन्हां दे उत्ते बाज वाली निगाह टिकाई हुई आ, असी विदेशों में जदों भी वह आउंदे आ असी उन्हां नूं हमेशा जिहड़ा आ वह मैसेज बड़े वधिया तरीके नाल एक इंटरनेशनल लॉ दे अंडर रह के जिहड़ा साडियां कंट्रियां दा कानून आ
ਉਹਦੇ ਅੰਦਰ ਅੰਡਰ ਰਹਿ ਕੇ ਅਸੀਂ ਬੜੇ ਪੀਸਫੁਲ ਤਰੀਕੇ ਨਾਲ ਉਹਨਾਂ ਨੂੰ ਮੈਸੇਜ ਦਿੰਦੇ ਹਾਂ। ਔਰ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਉਹ GK ਹੋਵੇ ਜਾਂ ਨਰਿੰਦਰ ਮੋਦੀ ਹੋਵੇ, ਰਾਹੁਲ ਗਾਂਧੀ ਹੋਵੇ ਜਾਂ ਕੈਪਟਨ ਅਮਰਿੰਦਰ ਹੋਵੇ, ਇਹ ਸਾਰੇ ਕਿਵੇਂ ਇੱਥੋਂ ਭੱਜੇ ਆ? ਕਿਉਂਕਿ ਇਹਨਾਂ ਨੂੰ ਉਹਨਾਂ ਕਾਨੂੰਨੀ ਕਾਰਵਾਈਆਂ ਦਾ ਹੀ ਡਰ ਸੀ ਕਿ ਜੇ ਉਰੇ ਰੁਕਦੇ ਆ ਤਾਂ ਇਹਨਾਂ ਨੂੰ ਫਿਰ ਉਸ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਆ ਜੀ। ਦੇਖੋ, ਉਹਦੇ 'ਚ ਅਸੀਂ ਐਪਰੀਸ਼ੀਏਟ ਕਰਦੇ ਹਾਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਪਟਿਆਲੇ ਤੋਂ ਸਾਬਕਾ MP ਨੇ, ਉਸ ਪਿੰਡ ਵੀ ਗਏ ਜਿੱਥੋਂ ਦੇ ਉਸ ਗਰੀਬ ਦਲਿਤ ਸਿੱਖ ਨੌਜਵਾਨ ਨੂੰ ਚੁੱਕਿਆ ਹੋਇਆ। ਸੁਖਪਾਲ ਸਿੰਘ ਖਹਿਰਾ ਦਾ ਤੁਸੀਂ ਜ਼ਿਕਰ ਕੀਤਾ ਹੈ, ਸਿਮਰਜੀਤ ਸਿੰਘ ਬੈਂਸ ਨੇ ਵੀ ਜਿਹੜਾ ਉਹ ਗੋਲ ਮੋੜ ਜਿਹੀ ਲੇਕਿਨ ਸਰਕਾਰੀ ਅੱਤਵਾਦ ਦੇ ਖਿਲਾਫ਼ ਬਿਆਨ ਦਿੱਤਾ। ਇਹ ਠੀਕ ਹੈ, ਅਸੀਂ ਐਪਰੀਸ਼ੀਏਟ ਕਰਦੇ ਹਾਂ ਉੱਥੇ ਜਿਹੜਾ ਵੀ ਕੋਈ ਹਾਂ ਦਾ ਨਾਰਾ ਮਾਰਦਾ, ਪਰ ਕੁੱਲ ਮਿਲਾ ਕੇ ਇਹ ਸਾਰੀਆਂ ਮੁੱਖ ਧਾਰਾ ਪਾਰਟੀਆਂ ਨੇ ਔਰ ਅਲਟੀਮੇਟਲੀ ਇਹਨਾਂ ਨੇ ਇੰਡੀਅਨ ਯੂਨੀਅਨ ਜਾਂ ਇੰਡੀਅਨ ਇੰਟੈਗਰਿਟੀ ਯੂਨਿਟੀ ਉਹਦੇ ਲਈ ਖਲੋਣਾ। ਇਸ ਲਈ ਕਿਉਂਕਿ ਲੜਾਈ ਸਾਡੀ ਹੁਣ ਆਰ ਪਾਰ ਦੀ ਹੈ, ਖਾਲਿਸਤਾਨ ਦੇ ਉੱਤੇ ਗੱਲ ਬਿਲਕੁਲ ਫੋਕਸਡ ਹੈ। ਸੋ ਅਸੀਂ ਇਹੀ ਆਸ ਕਰਦੇ ਹਾਂ ਕਿ ਉੱਥੇ ਜਿਹੜੀਆਂ ਸਾਡੀਆਂ ਧਿਰਾਂ ਨੇ ਉਹ ਵੀ ਇਸ ਕੰਕਲੂਜਨ ਦੇ ਉੱਤੇ ਪਹੁੰਚਣ, ਜਿਹੜੇ ਅੱਜ ਬੇਸ਼ੱਕ ਹਾਂ ਦਾ ਨਾਰਾ ਮਾਰਦੇ ਨੇ ਕਿ ਭਾਈ ਇਹ ਖਾਲਿਸਤਾਨ ਸਟੇਟ ਜਿੱਥੇ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਹਰ ਇੱਕ ਨੂੰ ਬਰਾਬਰ ਦੇ ਹੱਕ ਹੋਣਗੇ। ਔਰ ਅਸੀਂ ਇਹਨਾਂ ਤੋਂ ਇਹੀ ਐਕਸਪੈਕਟ ਕਰਦੇ ਹਾਂ ਕਿ ਭਾਈ ਹੁਣ ਜਾਂ ਤੁਸੀਂ ਇੰਡੀਅਨ ਸਟੇਟ ਨਾਲ ਖੜ੍ਹੇ ਹੋ ਜਾਂ ਤੁਸੀਂ ਖਾਲਿਸਤਾਨ ਨਾਲ ਖੜ੍ਹੇ ਹੋ, ਵਿੱਚ ਵਿਚਾਲੇ ਜਿਹੜਾ ਪਾਰਟ ਹੈ ਹੁਣ ਜਦੋਂ ਆਰ ਪਾਰ ਦੀ ਲੜਾਈ ਹੈ ਤਾਂ ਮੇਰਾ ਖਿਆਲ ਹੈ ਵੀ ਲਾਈਨ ਬੜੀ ਕਲੀਅਰਲੀ ਡਰਾਉਣ ਹੈ ਇਸ ਮੁੱਦੇ 'ਤੇ। ਦੇਖੋ, ਮੇਰਾ ਖਿਆਲ ਹੈ ਕਿ ਵੀ ਜਿਹੜੇ ਅਦਰਵਾਈਜ਼ ਵੀ ਕੋਈ ਨਾ ਕੋਈ ਬਹਾਨਾ ਲੱਭਦੇ ਹੁੰਦੇ ਨੇ ਵੀ ਖਾਲਿਸਤਾਨ ਦੀ ਗੱਲ ਨੂੰ ਕਿਵੇਂ ਡਾਇਲੂਟ ਕਰਨਾ, ਉਹ ਕਈ ਵਾਰੀ ਇਸ ਕਿਸਮ ਦੇ ਟੌਪਿਕਸ ਨੂੰ ਲੋੜ ਤੋਂ ਜ਼ਿਆਦਾ ਖਿੱਚਦੇ ਨੇ। ਗੱਲ ਬੜੀ ਕਲੀਅਰ ਹੈ, ਅੰਗਰੇਜ਼ਾਂ ਨੇ 98 ਸਾਲ ਰਾਜ ਕੀਤਾ, 2 ਵਰਲਡ ਵਾਰਸ, ਅਸੀਂ ਅੱਜ ਤੱਕ ਫਿਗਰਸ ਦਿੰਦੇ ਹਾਂ ਇੰਨੇ ਸਿੱਖ ਮਰੇ, ਪਰ ਹਕੀਕਤ ਇਹ ਹੈ ਕਿ ਉਹ ਰਾ ਮਟੀਰੀਅਲ ਬਣੇ ਬ੍ਰਿਟਿਸ਼ ਕਲੋਨੀਅਲਿਜ਼ਮ ਦੇ, ਯੂਨੀਅਨ ਜੈਕ ਦੇ ਲਈ ਬਹਾਦਰੀ ਆਪਣੀ ਥਾਂ ਹੈ, ਪਰ ਉਹ ਕੋਈ ਆਪਣੇ ਰਾਜ ਲਈ ਨਹੀਂ ਲੜੇ। ਇਸੇ ਤਰ੍ਹਾਂ ਜੋ ਕੁਛ ਭਾਰਤ ਦੀ ਹਕੂਮਤ ਨੇ ਪਿਛਲੇ 72 ਸਾਲ 'ਚ ਕੀਤਾ, ਇਹੀ ਫੌਜ ਹੈ ਜਿਹੜੀ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ 'ਤੇ ਹਮਲਾਵਰ ਹੁੰਦੀ ਹੈ। ਇਸੇ ਫੌਜ ਦੇ ਜਰਨੈਲ ਨੇ ਜਿਨ੍ਹਾਂ ਨੂੰ ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਸੱਦ ਕੇ ਜਿਹੜਾ ਉਹ ਆਨਰ ਦਿੱਤਾ ਜਾਂਦਾ ਹੈ, ਮੈਡਲ ਦਿੱਤੇ ਜਾਂਦੇ ਨੇ ਕਿ ਤੁਸੀਂ ਬਹਾਦਰੀ ਕੀਤੀ ਹੈ। ਸੋ ਮੈਂ ਇਹ ਸਮਝਦਾ ਕਿ ਇਹ ਸਾਡੇ ਹੀ ਇਹ ਆਵਾਜ਼ ਹੈ ਪੰਜਾਬ ਦੇ ਆਪਣੇ ਪੰਜਾਬੀਆਂ ਨੂੰ ਵੀ। ਮੈਂ ਇਹ ਸਮਝਦਾ ਵੀ ਸਿੱਖ ਸ਼ਬਦ ਕਿਉਂਕਿ ਡੋਮੀਨੇਟਲੀ ਸਿੱਖ ਆਰਮੀ 'ਚ ਨੇ ਹੈ ਕਿ ਭਾਈ ਮਤ ਮਰੋ ਇਹਨਾਂ ਦੇ ਲਈ, ਹੁਣ ਇਹ ਤਿਰੰਗੇ ਦੇ ਨਾਲ ਸਾਡਾ ਸੰਬੰਧ ਨਹੀਂ ਹੈ, ਉਹ ਭਾਰਤੀ ਫੌਜ ਹੋਏ, ਈਵਨ ਪੁਲਿਸ ਹੋਏ, ਜੇ ਪੰਜਾਬ ਪੁਲਿਸ ਹੈ ਉਹਦੇ 'ਚ ਵੀ 80% ਜਿਹੜੇ ਨੇ ਉਹ ਸਿੱਖ ਨੌਜਵਾਨ ਜਾਂ ਪੇਂਡੂ ਨੌਜਵਾਨ ਨੇ ਜਿਨ੍ਹਾਂ ਤੋਂ ਆਪਣਿਆਂ ਨੂੰ ਹੀ ਮਰਵਾਇਆ ਜਾਂਦਾ। ਸੋ ਮੈਂ ਸਮਝਦਾ ਵੀ ਇਸ ਸਟੇਟਮੈਂਟ ਨੂੰ ਬਰੋਡਰ ਕੰਟੈਕਸਟ ਦੇ ਵਿੱਚ ਦੇਖਿਆ ਜਾਣਾ ਚਾਹੀਦਾ, ਨਾ ਕਿ ਉਸ ਨੂੰ ਕਿਸੇ ਇੱਕ ਜੁਮਲੇ ਦੇ ਵਿੱਚ ਜੋੜ ਕੇ। ਔਰ ਇਹਦੇ ਨਾਲ ਮਾੜਾ ਜਿਹਾ ਮੈਂ ਐਡ ਕਰਨਾ ਚਾਹੁੰਦਾ, ਤੁਸੀਂ ਦੇਖਿਆ ਹੋਊਗਾ ਪਿੱਛੇ ਜਦੋਂ ਦਾ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣਿਆ, ਜਿਹੜੀਆਂ ਇਹਨਾਂ ਦੀਆਂ ਪਰੇਡਸ ਹੁੰਦੀਆਂ ਉਹਦੇ ਵਿੱਚੋਂ ਜਿਹੜੀ ਸਿੱਖ ਆਰਮੀ ਨੂੰ ਉਹ ਵਿੱਚੋਂ ਕੱਢ ਦਿੱਤਾ ਗਿਆ ਸੀ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ। ਅਤੇ ਅੱਜ ਜਦੋਂ ਫਿਰ ਚਾਈਨਾ ਦੇ ਨਾਲ ਗੱਲ ਚੱਲੀ ਆ, ਉੱਥੇ ਮਾਹੌਲ ਖਰਾਬ ਹੋਇਆ ਅਤੇ ਸਿੱਖ ਨੌਜਵਾਨਾਂ ਨੂੰ ਫਿਰ ਮਰਨ ਲਈ ਅੱਗੇ ਕਰ ਦਿੱਤਾ ਗਿਆ। ਸੋ ਸਿੱਖਾਂ ਨੂੰ ਇਹਨਾਂ ਨੇ ਹਮੇਸ਼ਾ ਵਰਤਿਆ। ਸੋ ਉਹ ਭਾਵੇਂ ਕੋਈ ਵੀ ਪ੍ਰਾਈਮ ਮਿਨਿਸਟਰ ਆਵੇ ਪੰਜਾਬ ਇੰਡੀਆ ਦਾ, ਸਿੱਖਾਂ ਨੂੰ ਵਰਤਿਆ। ਔਰ ਇਹ ਸਿੱਖ ਖਾਸ ਕਰਕੇ ਅਸੀਂ ਜਿਹੜੀ ਆ ਪੰਜਾਬ ਦੇ ਪੰਜਾਬੀਆਂ ਨੂੰ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਸਾਨੂੰ ਇਸ ਗੱਲ ਵਾਸਤੇ ਸਮਝਣ ਦੀ ਲੋੜ ਆ ਕਿ ਸਾਨੂੰ ਉਹ ਵਰਤਦੇ ਆ ਸਿੱਖਾਂ ਨੂੰ। ਸੋ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ, ਪੰਜਾਬ ਦੇ ਵਿੱਚ ਉਹਨਾਂ ਨੇ ਡਰੱਗ ਫੈਲਾ ਦਿੱਤੀ, ਕਿਸਾਨੀ ਦੀ ਗੱਲ, ਉਹ ਇਸ ਚੀਜ਼ ਨੂੰ ਜੇ ਹੁਣ ਆਪੇ 21st century ਦੇ ਵਿੱਚ ਅੱਜ ਨਹੀਂ ਸਮਝਾਂਗੇ ਕਿ ਜਿਹੜਾ ਭਾਰਤੀ ਬ੍ਰਾਹਮਣ ਆ, ਜਿਹੜਾ ਭਾਰਤੀ ਸਟੇਟ ਦੀ ਰਾਜਨੀਤੀ ਆ, ਰਣਨੀਤੀ ਆ, ਉਹ ਜੇ ਅੱਜ ਨਹੀਂ ਸਮਝਾਂਗੇ ਤਾਂ ਫਿਰ ਉਹੀ ਗੱਲ ਆ ਵੀ ਸਾਨੂੰ ਬਹੁਤ ਵੱਡਾ
ਜਿਹੜਾ ਇਤਿਹਾਸ ਜਿਹੜਾ ਹਿਸਟਰੀ ਉਹ ਮਾਫ ਨਹੀਂ ਕਰੇਗੀ ਜੀ। ਹਾਂਜੀ, ਇੱਕ ਇਹਦੇ ਵਿੱਚ ਮੈਂ ਲਾਈਨ ਜੋੜਨੀ ਚਾਹੁੰਦਾ ਜਿਹੜੀ ਤੁਸੀਂ ਸਿੱਖ ਫੌਜੀਆਂ ਦੀ ਗੱਲ ਕੀਤੀ ਹੈ। ਦੇਖੋ ਜਿਹੜੇ ਚਾਰ ਉੱਥੇ ਜਾ ਕੇ ਚੀਨ ਦੇ ਬਾਰਡਰ 'ਤੇ ਉਸ ਲੜਾਈ ਦੇ ਵਿੱਚ ਮਰੇ ਨੇ ਉਹਨਾਂ ਨੂੰ ਸ਼ਹੀਦ ਹੋਣ ਦੀ ਗੱਲਬਾਤ ਕਰਦੇ ਹੋ ਅਤੇ ਇੱਕ ਗੱਲ ਇਹ ਜ਼ਰੂਰੀ ਹੈ ਕਿ ਨਵੰਬਰ 1984 ਦੇ ਵਿੱਚ ਦਿੱਲੀ ਦੇ ਵਿੱਚ ਤੁਗਲਕਾਬਾਦ ਰੇਲਵੇ ਸਟੇਸ਼ਨ ਦੇ ਉੱਤੇ ਇਸੇ ਭਾਰਤੀ ਫੌਜ ਦੇ 30 ਦੇ ਤਕਰੀਬਨ ਸਿੱਖ ਫੌਜੀ ਜਿਹੜੇ ਯੂਨੀਫਾਰਮ ਦੇ ਵਿੱਚ ਸੀਗੇ ਉਹਨਾਂ ਨੂੰ ਕਿਹਨੇ ਮਾਰਿਆ? ਅੱਜ ਤਾਂ ਇਹ ਜਿਹੜੇ ਚਾਰ ਆ ਇਹਨਾਂ ਨੂੰ ਤਿਰੰਗੇ ਵਿੱਚ ਲਪੇਟ ਕੇ ਤੁਸੀਂ ਸਲਾਮੀਆਂ ਦੇ ਦਿੱਤੀਆਂ, ਉਹਨਾਂ ਨੂੰ ਸ਼ਹੀਦ ਕਹਿਤਾ, ਲੇਕਿਨ ਜਿਹੜੇ ਉਹ ਨਵੰਬਰ 1984 ਵਿੱਚ ਭਾਰਤੀਆਂ ਦੇ ਹੱਥੋਂ ਜਿਹੜੇ ਅੱਜ ਹਿੰਦੂ ਰਾਸ਼ਟਰ ਦੀ ਗੱਲਬਾਤ ਕਰਦੇ ਆ ਉਹਨਾਂ ਦੇ ਹੱਥੋਂ ਮਰੇ ਨੇ, ਉਹਨਾਂ ਦੀ ਅੱਜ ਤੱਕ ਇੱਕ ਇਨਕੁਆਇਰੀ ਤੱਕ ਨਹੀਂ ਹੋ ਸਕੀ, ਇੱਕ FIR ਨਹੀਂ ਦਰਜ ਨਹੀਂ ਹੋਈ। ਫਿਰ ਉਹ ਸ਼ਹੀਦ ਨਹੀਂ ਹੈਗੇ, ਉਹ ਮਿਲਟਰੀ ਦੇ ਬੰਦੇ ਨਹੀਂ, ਉਹ ਵੀ ਫੌਜੀ ਹੈ। ਉਹਨਾਂ ਨੂੰ ਸਿੱਖ ਹੋਣ ਕਰਕੇ ਇਸੇ ਹਿੰਦੁਸਤਾਨ ਦੇ ਵਿੱਚ ਮਾਰਿਆ ਗਿਆ ਕਿ ਉਹ ਸਿੱਖ ਹੈ। ਦੂਸਰੇ ਪਾਸੇ ਅੱਜ ਇਹ ਚਾਰ ਉੱਥੇ ਜਾ ਕੇ ਮਰਦੇ ਨੇ। ਹੁਣ ਤੁਹਾਡੇ ਸਵਾਲ ਦਾ ਜਵਾਬ ਸਵਾਲ ਵਿੱਚ ਹੀ ਹੈ ਕਿ ਇਹ ਚਾਰ ਸ਼ਹੀਦ ਨੇ ਜਾਂ ਉਹ 30 ਸ਼ਹੀਦ ਨੇ ਜਿਨ੍ਹਾਂ ਦੀ ਅੱਜ ਤੱਕ ਇਨਕੁਆਇਰੀ ਨਹੀਂ ਹੋਈ। ਹੁਣ ਇੱਥੇ ਗੱਲ ਇਹ ਲਾਈਨ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਜਿਹੜਾ ਸਿੱਖ ਆ ਉਹ ਹਿੰਦੁਸਤਾਨ ਵਿੱਚ ਗੁਲਾਮ ਹੈ, ਚਾਹੇ ਉਹ ਮਿਲਟਰੀ ਵਿੱਚ ਹੈ। ਸਿਰਫ ਇਹਨਾਂ ਨੂੰ ਬਲੀ ਦੇ ਬੱਕਰੇ ਬਣਾਉਣ ਲਈ ਮੂਹਰੇ ਰੱਖਿਆ ਗਿਆ ਹੈ। ਸਾਡੀ ਹਮਦਰਦੀ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਨੌਜਵਾਨ ਬੱਚੇ ਇਸ ਮੌਕੇ 'ਤੇ ਇਸ ਬਲੀ ਦਾ ਬੱਕਰਾ ਬਣੇ ਨੇ, ਉਹਨਾਂ ਦੇ ਨਾਲ ਹਮਦਰਦੀ ਹੈ। ਲੇਕਿਨ ਆਉਣ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੀ ਭਾਈ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਤਿਰੰਗੇ ਲਈ ਮਰਨਾ ਬੰਦ ਕਰ ਦਿਉ, ਅਤੇ ਅੱਗੇ ਤਿਰੰਗੇ ਵਾਲਿਆਂ ਨੇ ਸਾਨੂੰ ਬਹੁਤ ਮਾਰ ਲਿਆ। ਅਤੇ ਕੁਐਸਚਨ ਦਾ ਤੁਹਾਡੇ ਦਾ ਜਵਾਬ ਕੁਐਸਚਨ ਵਿੱਚ ਹੀ ਹੈ ਕਿ ਜੇ ਚਾਰ ਸ਼ਹੀਦ ਨੇ ਅਤੇ ਉਹ 30 ਕਿਹਦੇ ਸ਼ਹੀਦ ਨੇ, ਸਿੱਖਾਂ ਦੇ ਸ਼ਹੀਦ ਆ ਜਾਂ ਭਾਰਤ ਦੇ ਸ਼ਹੀਦ ਆ ਜਿਨ੍ਹਾਂ ਦੀ ਅੱਜ ਤੱਕ ਇਨਕੁਆਇਰੀ ਨਹੀਂ ਹੋਈ? ਹਾਂਜੀ ਜੀ ਜੀ, ਧੰਨਵਾਦ ਜੀ, ਬਹੁਤ ਬਹੁਤ ਮੀਡੀਆ ਦਾ, ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ। ਦੇਖੋ ਅਸੀਂ ਜਦੋਂ 96 ਗੁਰਦੁਆਰਿਆਂ ਨੇ ਲਾਸਟ 2 ਈਅਰਸ ਗੋ ਜਦੋਂ ਮਤੇ ਪਾਏ ਗਏ ਸਨ ਉਸ ਵੇਲੇ ਬਿਲਕੁਲ ਇੱਕ ਗੱਲ ਤਾਂ ਮੈਂ ਦਰੁਸਤ ਕਰਦੇ ਹਾਂ ਕਿ ਜਿਹੜੀ ਐਨ ਤੀਰ ਜਿਹੜਾ ਨਿਸ਼ਾਨੇ 'ਤੇ ਲੱਗਿਆ ਸੀ ਭਾਰਤ ਦੀ ਜਿਹੜੀ ਮਿਨਿਸਟਰੀ ਆਫ ਅਫੇਅਰ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਨੇ ਜਿਹੜਾ ਦੁੱਖ ਜਿਹੜਾ ਸੀ ਉਹਨਾਂ ਨੂੰ ਉਹ ਜ਼ਾਹਰ ਕੀਤਾ। ਔਰ ਜਦੋਂ ਅੱਜ ਅਸੀਂ 96 ਗੁਰਦੁਆਰਿਆਂ ਦੀ ਗੱਲ ਕਰਦੇ, ਅਮੈਰੀਕਾ ਦੇ ਵਿੱਚ 96 ਗੁਰਦੁਆਰਿਆਂ ਦੇ ਵਿੱਚੋਂ ਅੱਜ ਤੱਕ ਕਿਸੇ ਗੁਰਦੁਆਰੇ ਨੇ ਜਿਹੜਾ ਇਸ ਗੱਲ ਦੇ ਅਗੇਂਸਟ ਕਦੇ ਵੀ ਇਹ ਨਾ ਕੋਈ ਪ੍ਰੈਸ ਨੋਟ ਨਾ ਹੀ ਕੋਈ ਮੀਡੀਆ ਦੇ ਵਿੱਚ ਚੈਨਲ ਦੇ ਉੱਤੇ ਬੋਲ ਕੇ ਜਿਹੜੇ ਖਾਸ ਕਰਕੇ ਸਾਡੇ ਨਾਲ ਐਗਰੀ ਹੋਏ ਆ ਕਹਿਣ ਤੋਂ ਭਾਵ ਜਿਹੜੇ ਕਾਨਫਰੰਸ ਦੇ ਵਿੱਚ ਆ ਕੇ ਜਿਨ੍ਹਾਂ ਨੇ ਸਾਂਝੇ ਤੌਰ 'ਤੇ ਫੈਸਲਾ ਕੀਤਾ ਉਹ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਅਮੈਰੀਕਾ ਦੇ 140 ਔਰ ਜਿਹਦੇ ਵਿੱਚ ਪੰਥਕ ਜਥੇਬੰਦੀਆਂ ਵੀ ਆ ਔਰ ਕੈਨੇਡਾ ਤੋਂ 22 ਗੁਰਦੁਆਰੇ ਸਾਹਿਬਾਨ ਜਿਹਦੇ ਵਿੱਚ ਪੰਥਕ ਜਥੇਬੰਦੀਆਂ ਵੀ ਹਨ ਔਰ ਇਹ ਗੁਰਦੁਆਰੇ ਅਸੀਂ ਪੂਰਾ ਵਾਚ ਕਰਦੇ ਹਾਂ ਔਰ ਸਮੇਂ ਸਮੇਂ 'ਤੇ ਸਾਨੂੰ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਪੰਥਕ ਸੋਚ ਵਾਲੇ ਵੀਰ ਜਿਹੜੇ ਸਾਡੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਉਹ ਹਮੇਸ਼ਾ ਸਾਨੂੰ ਮੈਸੇਜ ਦਿੰਦੇ ਰਹੇ ਆ ਕਿ ਭਾਰਤੀ ਕਾਤਲ ਇਸ ਧਰਤੀ ਦੇ ਜਾਂ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਆਉਂਦਾ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਔਰ ਅਸੀਂ ਇਕੱਠੇ ਹੋ ਕੇ ਈਵਨ ਗੁਰਦੁਆਰਿਆਂ ਦੇ ਵਿੱਚ ਹੀ ਨਹੀਂ ਜੇ ਉਹ ਕਿਸੇ ਪਬਲਿਕ ਪਲੇਸ 'ਤੇ ਵੀ ਆਉਂਦਾ ਸੀ ਤਾਂ ਉੱਥੇ ਵੀ ਜਾ ਕੇ ਸਮੁੱਚੀਆਂ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਹਮੇਸ਼ਾ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਅਸੀਂ ਅਮੈਰੀਕਾ ਦੀ ਧਰਤੀ ਤੋਂ ਉਹ ਮੈਸੇਜ ਦਿੰਦੇ ਰਹੇ ਹਾਂ। ਇਹ ਪੇਪਰ ਕਾਲੇ ਨਹੀਂ ਕੀਤੇ ਜਾਂਦੇ, ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਔਰ ਬਾਖੂਬੀ ਇਹਨਾਂ ਉੱਤੇ ਸਟ੍ਰਿਕਟਲੀ ਅਸੀਂ ਖੜ੍ਹੇ ਹਾਂ। ਕੈਨੇਡਾ ਦੇ ਵਿੱਚ ਹੋ ਸਕਦਾ ਇੱਕ ਅੱਧੇ ਗੁਰਦੁਆਰੇ ਨੇ
किसी ने इदा की कोई स्टेटमेंट दी हो पर अमेरिका दे विच कदे भी किसी ने जिहड़े मतियां दे उत्ते एगरी होए वह गुरुद्वारे साहिबान स्टिल स्टैंड करते हैं मतियां दे। मेरा ख्याल है जिहड़ा तुहाडा सैकंड कंपोनेंट सी सवाल का कि गवर्नमेंट दे उत्ते इसका की इफेक्ट होया जां जिहड़ा फैसला है उन्हें किवें उत्ते उन्होंने रिएक्ट किया। एक पार्ट भाई हिम्मत सिंह होर ने कहा कि जिवें रिएक्ट किया इंडिया की फॉरन मिनिस्ट्री तो लैके उन्होंने डिप्लोमैट्स ने यह अपने आप साबित करता सी भी कि इफेक्टिव स्टैप है। दूसरा इस मूव न काउंटर करने 550 साल गुरु नानक साहब के प्रकाश पुरब मौके उन्होंने यूरोप चो अमरीका कैनेडा चो उस किस्म के जेडे थके हुए हारे हुए ज कि ना कि गोडे टेकन वाले से उन्होंने वीजे दे के पंजाब खड़िया उन्हों चो कुछ करतारपुर साहब स्पैशल बसा च लिया उन्हों चो एक अद्धा जड़ा कि एक बड़ा नोन मोल से एयर इंडिया केस का जिस के उत्ते पूरा ट्रायल चलिया उदे तो उत्थे जाके प्रेस इंटरव्यू दवाए कि जी बाहर तो कोई खालिस्तान नहीं मंगता। सो जाहिर है भी ये रिएक्टिव स्टैप से हकूमत का उन्होंने भगौड़िया अगे रख के दसण का कि नहीं है जोड़ा अपने आप च इस गल का सबूत है। और मैं समझदा कि अमरीका कैनेडा ही नहीं यूरोप भर च आस्ट्रेलिया न्यूजीलैंड कितने भी कोई इंडियन डिप्लोमैट कोई दूजा डिकलेयर करके जिन्ना मर्जी विकया होया प्रधान होए किसी गुरद्वरे का आके दिखा दे किसी गुरद्वरे जां किसी सिख डे पैरेड के मौके जिहड़ियां खुल जाएगी आने वाले पीरियड। सो मैं समझदा भी इस वेले सब तो वड्डा चैलेंज 5 मिलियन सिख डायस्पोरा दा है और जिवें डायस्पोरा सिखा ने COVID-19 के इस दौरे दे विच दुनिया भर च सिखा की रैकग्निशन ली है। न्यू जर्सी असैम्बली सैनेट ने सिख एथनीसिटी अड मनिया न्यूयॉर्क टाइम्स ब्लूमबर्ग इन्हां दीयां रिपोर्टिंग्स। सो इस सारे का जवाब इंडियन स्टेट जिहड़ी है वो पंजाब दे विच सिख नौजवानों नूं हरास करके दे रही है। सो 5 मिलियन सिख डायस्पोरा यकजदी दे नाल सॉलीडैरिटी दे नाल इंडिपेंडेंट खालिस्तान दे लई खलोता है और ये साडी स्ट्रेंथ है जिहनूं दुश्मन बहुत चंगी तरह समझदा। सुनहरी मौका हुण सब बन सकते ने कोठियां दे मालक सिर्फ 5000 प्रति महीना किश्त दे के बनो आलीशान कोठियां दे मालक। प्रधानमंत्री आवास योजना के तहत 2,67,000 रुपए तुरंत किते जाणगे वापस। वधेरे जानकारी लई तुसी संपर्क कर सकते हो जीके ग्रुप दे नाल। जीके ग्रुप हर व्यक्ति दे सुपने करेगा साकार ते जीवन विच आएगी नवी बहार। वधेरे जानकारी लई तुसी भी निकलो घरां चो बाहर ते संपर्क करो इस नंबर ते जीके ग्रुप दे नाल। नंबर नोट करो 9855100070। जीके ग्रुप सरहंद रोड पटियाला।